ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ। ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਸਾਂਝ ਨੂੰ ਲੈ ਕੇ ਅਸੀਂ ਅੱਜ ਪਹੁੰਚੇ ਹਾਂ ਜੀ ਚੱਕ ਨੰਬਰ 114 EB ਰਾਜੇ ਵਾਲਾ, ਤਹਿਸੀਲ ਬੂਰੇਵਾਲਾ, ਜ਼ਿਲ੍ਹਾ ਵਿਹਾੜੀ। ਵੀਰੋ, ਮੈਂ ਹਾਂ ਤੁਹਾਡਾ ਮਿੱਤਰ ਯਾਸਰ ਅਬਦਾਲ ਡੋਗਰ। 1947 ਦੇ ਹਾਲਾਤਾਂ ਨੂੰ ਲੈ ਕੇ ਔਰ ਉਸ ਵੰਡ ਨੂੰ ਲੈ ਕੇ ਅਸੀਂ ਅੱਜ ਜਿਨ੍ਹਾਂ ਬਜ਼ੁਰਗਾਂ ਕੋਲ ਪਹੁੰਚੇ ਹਾਂ, ਉਹਨਾਂ ਨੇ 1947 ਦੇ ਉਜਾੜੇ ਆਪਣੀ ਅੱਖਾਂ ਨਾਲ ਵੇਖੇ ਔਰ ਉਹ ਇਸ ਉਜਾੜਿਆਂ ਦੇ ਅੱਖਾਂ ਵੇਖੇ ਗਵਾਹ ਨੇ। ਸੋ ਵੀਰੋ, ਅਸੀਂ ਬਾਬਾ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੇ ਉਸ ਵੰਡ ਵੇਲੇ ਕੀ ਵੇਖਿਆ ਔਰ ਉਹਨਾਂ ਨਾਲ ਕੀ ਭਾਣਾ ਵਰਤਿਆ ਔਰ ਉਹਨਾਂ ਨੇ ਹੋਰ ਕੀ ਵੱਢ ਟੁੱਕ ਵੇਖੀ, ਜੋ ਵੀ ਉਹਨਾਂ ਨਾਲ ਬੀਤੀ ਅਸੀਂ ਗੱਲ ਕਰਦੇ ਹਾਂ ਬਾਬਾ ਜੀ ਉਹਨਾਂ ਨਾਲ। ਬਾਬਾ ਜੀ, ਵਾਲੇਕੁਮ ਸਲਾਮ। ਕੀ ਨਾਮ ਆਪਣਾ? ਰਮਜ਼ਾਨ। ਰਮਜ਼ਾਨ, ਅਤੇ ਤੁਹਾਡੇ ਅੱਬਾ ਜੀ ਦਾ ਨਾਮ ਕੀ ਸੀ? ਉਹਦਾ ਅੰਬਿਆ ਜੀ ਦਾ ਨਾਂ ਸੀ ਸੁੰਦਰ। ਸੁੰਦਰ, ਕੌਮ ਕਿਹੜੀ ਆਪਣੀ? ਗਿੱਲ। ਗਿੱਲ ਜੱਟ। ਹਾਂਜੀ ਬਾਬਾ ਜੀ, ਅਸੀਂ 1947 ਦੇ ਜੋ ਉਜਾੜੇ ਹੈ ਨਾ ਜੀ, ਅਸੀਂ ਉਹਨਾਂ ਨੂੰ ਲੈ ਕੇ ਅਸੀਂ ਅੱਜ ਤੁਹਾਡੇ ਕੋਲ ਪਹੁੰਚੇ ਹਾਂ। ਮਾਸ਼ਾ ਅੱਲਾਹ। ਅਸੀਂ ਤੁਹਾਡੇ ਤੋਂ ਪੁਰਾਣੀਆਂ ਗੱਲਾਂ ਹੀ ਸੁਣਨੀਆਂ ਪਿੰਡ ਦੀਆਂ, ਕਿਵੇਂ ਤੁਹਾਡਾ ਰਹਿਣ ਸਹਿਣ ਸੀ, ਕੌਣ ਕਿਹਨਾਂ ਕਿਹਨਾਂ ਨੂੰ ਉਸ ਵੇਲੇ ਤੁਸੀਂ ਜਾਣਦੇ? ਅਸੀਂ ਤੁਹਾਡੇ ਤੋਂ ਨਾ ਪੁੱਛਾਂਗੇ ਅਤੇ ਤੁਸੀਂ ਸਾਨੂੰ ਉੱਦਾਂ ਉੱਦਾਂ ਦੱਸਦੇ ਰਹਿਣਾ ਜੀ। ਅਸੀਂ ਚੰਨਾ ਬੰਦਿਆਂ ਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ 1947 'ਚ ਜੀ ਤੁਹਾਡਾ ਉੱਧਰ ਪਿੰਡ ਕਿਹੜਾ ਸੀ? ਹਰੀਗੜ੍ਹ। ਉਸ ਚੜ੍ਹਦੇ ਪੰਜਾਬ 'ਚ? ਉੱਧਰ ਸਲੀਨਾ। ਕਿਹੜਾ? ਸਲੀਨਾ, ਤਹਿਸੀਲ ਮੋਗਾ। ਸਰੀਨਾ? ਹਾਂ, ਤਹਿਸੀਲ ਮੋਗਾ, ਜ਼ਿਲ੍ਹਾ ਪੌੜੀਪੁਰ। ਅੱਛਾ ਅੱਛਾ, ਅਤੇ ਤੁਹਾਡੇ ਕੋਲੇ ਕੋਲੇ ਪਿੰਡ ਕਿਹੜੇ ਸੀ? ਸਾਡੇ ਕੋਲੇ ਕੋਲੇ ਨਿਜਾਲਾ, ਡਰਕਰੂ, ਡਰੋਲੀ, ਦੋ ਖੋਸੇ ਸੀ, ਇੱਕ ਪਾਂਡੋ ਕੇ, ਇੱਕ ਨਲੀ ਕੇ, ਇੱਕ ਜਨੇਰ ਖੇੜਾ, ਇੱਕ ਅਟਾਰੀ ਉਹਦੀ ਦੇ ਚ ਸੀ, ਦੌਲਪੁਰਾ। ਬਸ ਆਹ ਪਿੰਡ, ਇੰਨੇ ਪਿੰਡ ਤੁਹਾਨੂੰ ਯਾਦ ਹੈ? ਹਾਂ, ਬੜੀ ਗੱਲ ਹੈ ਬਾਬਾ ਜੀ, ਬੜੇ ਪਿੰਡ ਤੋਂ ਨਾਮ ਅਜੇ ਵੀ ਯਾਦ ਹੈ, 72 ਸਾਲ ਹੋ ਗਏ ਵੰਡ ਨੂੰ। ਹਾਂ ਬਾਬਾ ਜੀ, ਹੁਣ ਸਾਨੂੰ ਇਹ ਦੱਸਿਓ ਕਿ ਉਦੋਂ ਤੁਹਾਡੀ ਉਮਰ ਕਿੰਨੀ ਸੀ ਉੱਥੇ? 16 ਸਾਲ। 16 ਸਾਲ। ਜਿਹੜਾ ਪਿੰਡ ਸੀ ਸਰੀਨਾ, ਹਾਂ, ਇਹਦੇ ਵਿੱਚ ਮੁਸਲਮਾਨਾਂ ਦੀਆਂ ਕਿਹੜੀਆਂ ਬਰਾਦਰੀਆਂ ਸੀ? ਇਹਨਾਂ ਦੀ ਬਰਾਦਰੀਆਂ ਜੱਟ ਵੀ ਸੀਗੇ, ਗੁੱਜਰ ਵੀ ਸੀਗੇ, ਅਤੇ ਕਮੋ ਵੀ ਸੀਗੇ, ਬਲੋਚ ਸੀਗੇ, ਸਰਕਾਰੀ ਉੱਠ ਪਹਾੜਾ ਢੋਂਦੇ, ਉੱਠ ਸਰਕਾਰੀ ਸੀ ਅਤੇ ਉਹ ਮਤਲਬ ਆਪਦੀ ਮਜ਼ਦੂਰੀ ਕਰਦੇ ਸੀ। ਹਾਂ, ਉੱਠ ਸਰਕਾਰੀ ਸੀ, ਸਰਕਾਰੀ ਦਿੱਤੇ ਹੋਏ ਸੀ ਅੰਗਰੇਜ਼ ਨੇ। ਹਾਂ, ਮੋਚੀ ਵੀ ਸੀਗੇ। ਉਹ ਪਿੰਡ ਕਿੱਦਾਂ ਦਾ ਸੀ ਸਰੀਨਾ? ਸਾਡਾ ਪਿੰਡ ਸ਼ਹਿਰ ਵਰ ਗਿਆ ਸੀ। ਅੱਛਾ। ਹਾਂ, ਪਿੰਡ 'ਚ ਮਸੀਤਾਂ ਹੈਗੀਆਂ ਸੀ? ਦੋ। ਕਿਹੜੇ ਪਾਸੇ ਸੀ? ਇੱਕ ਚੜ੍ਹਦੇ ਪਾਸੇ, ਇੱਕ ਸਾਡੇ ਪਾਸੇ, ਲਹਿੰਦੇ ਪਾਸੇ। ਹੁਣ ਸਾਨੂੰ ਇਹ ਦੱਸਿਓ ਕਿ ਜਿਹੜਾ ਸਕੂਲ? ਹਾਂ, ਸਕੂਲ ਵੀ ਚੜ੍ਹਦੇ ਪਾਸੇ ਸੀ। ਉਹ ਵੀ ਚੜ੍ਹਦੇ ਪਾਸੇ ਸੀ, ਕੋਲੇ ਛੱਪੜ ਸੀ। ਛੱਪੜ ਕੋਲੇ ਸੀ। ਹੋਰ ਪਿੰਡ ਦਾ ਕਿੱਦਾਂ ਦਾ ਪਿੰਡ ਸੀ? ਖੂਹ ਲੈਬ ਲੱਗੇ ਹੋਏ ਸੀ? ਖੂਹ ਲੱਗੇ ਸੀ ਆਮ ਪਾਸੇ, ਵਾਹਣਾ 'ਚ। ਵਾਹਣਾ 'ਚ ਲੋਕ ਫਸਲਾਂ ਪਾਣੀ ਕੱਢਦੇ ਢੱਗਿਆਂ ਨਾਲ। ਅੱਛਾ, ਨਹਿਰ ਨਹੀਂ ਆਈ? ਨਹਿਰ ਛਮਾਈ ਜੀ ਸੀ। ਅੱਛਾ, ਛਮਾਈ ਦੀ ਨਹਿਰ ਸੀ ਤੁਹਾਡੇ ਕੋਲ? ਹਾਂ, ਵਿਸਾਖ 'ਚ ਆਉਂਦਾ ਸੀ, ਵਿਸਾਖ 'ਚ, ਅਤੇ ਕੱਤਾਂ 'ਚ ਬੰਦ ਹੋ ਜਾਂਦਾ ਸੀ। ਅੱਛਾ ਅੱਛਾ, ਅਤੇ ਖੂਹਾਂ ਦਾ ਪਾਣੀ ਮਿੱਠਾ? ਅੱਛਾ, ਪਾਣੀ ਨੇੜੇ। ਪਿੰਡ 'ਚ ਵੀ ਖੂਹ ਹੈ ਸੀ? ਪਿੰਡ 'ਚ ਖੂਹ ਖੂਹੀਆਂ ਸੀ, ਇੱਕ ਦੋ ਮਸੀਤਾਂ 'ਚ। ਅੱਛਾ ਅੱਛਾ, ਪਾਣੀ ਉੱਥੋਂ ਹੀ ਭਰਦੇ ਸੀ ਲੋਕ? ਕੌਣ ਲੋਕ? ਪਿੰਡ ਵਾਲੇ? ਨਹੀਂ, ਮਾਛੀ ਘਰਾਂ 'ਚ ਪਾ ਕੇ ਜਾਂਦਾ ਸੀ। ਖੂਹੀਆਂ ਦੇ ਨਾਂ ਯਾਦ ਹੈ ਕੋਈ ਪਿੰਡ ਦੀਆਂ? ਬਾਬਾ ਜੀ, ਹੁਣ ਸਾਨੂੰ ਇਹ ਦੱਸਿਓ ਕਿ ਉਦੋਂ 1947 ਦੇ ਵਿੱਚ ਉਸ ਪਿੰਡ 'ਚ ਸਿੱਖਾਂ ਦੇ ਘਰ ਵੀ ਹੈਗੇ ਸੀ? ਸਿੱਖਾਂ ਦਾ ਘਰ ਅਗਵਾੜ ਅਲਹਿਦਾ ਸੀ। ਹਾਂ, ਸਾਡਾ ਅਗਵਾੜ ਅਲਹਿਦਾ ਸੀ, ਚੂੜਿਆਂ ਦਾ ਅਲਹਿਦਾ ਸੀ। ਜਿਹੜੇ ਖੱਤਰੀ ਸੀ ਨਾ, ਕਰਾੜ ਜਾਂ ਅਸੂਦ, ਉਹਨਾਂ ਦਾ ਬਾਜ਼ਾਰ ਅਲਹਿਦਾ ਸੀ। ਅੱਛਾ, ਉਹਨਾਂ ਦੇ ਬਾਜ਼ਾਰ ਅਲਹਿਦਾ ਸੀ। ਹਾਂ, ਅੱਡੋ ਅੱਡੀ ਗੁਆੜ ਸੀਗੇ। ਤੁਹਾਨੂੰ ਕਿਸੇ ਦਾ ਉੱਥੇ ਨਾਮ ਯਾਦ ਹੈ ਜੀ? ਸਿੱਖਾਂ ਦਾ ਦੋ ਚੰਨਾ ਬੰਦਿਆਂ ਦੇ ਯਾਦ ਹੈ। ਕੀ ਕੀ ਨਾਂ ਸੀ? ਇੱਕ ਦੇ ਨਾਂ ਮਾੜਾ ਸਿੰਘ ਸੀ, ਇੱਕ ਦੇ ਨਾਂ ਈਸਰ ਸੀ, ਇੱਕ ਉਹ ਇੱਕ ਦੇ ਦੂਏ ਭਰਾ ਨਾਲ ਵੀਰੂ ਸੀ। ਇਹ ਚੰਨਾ ਬੰਦੇ ਵੀਰੂ ਤੇ ਈਸਰ ਭਾਈ ਸੀ? ਹਾਂ, ਉਹ ਦੋ ਭਾਈ ਸੀ, ਈਸਰ ਤੇ ਵੀਰੂ। ਜਿਹੜਾ ਮਾੜਾ ਸਿੰਘ ਸੀ ਉਹ ਇਕੱਲਾ ਸੀ। ਉਹ ਇਕੱਲਾ ਸੀ? ਉਹ ਇਕੱਲਾ ਸੀ ਮਾਂ ਪਿਓ ਦੇ ਘਰ। ਅੱਛਾ ਅੱਛਾ, ਹਾਂ, ਇੰਨਾ ਪਤਾ ਹੈ। ਹੁਣ ਸਾਨੂੰ ਇਹ ਦੱਸਿਓ ਕਿ ਫਸਲਾਂ ਕਿਹੜੀਆਂ ਬੀਜਦੇ ਸੀ ਲੋਕ ਉੱਥੇ? ਫਸਲਾਂ ਹਰ ਸ਼ਹਿ ਸੀ, ਮੱਕੀ, ਕਣਕ, ਝੋਨਾ, ਖਰਬੂਜੇ, ਟਿੰਡੋ, ਮਤਲਬ ਬਨਾਨੀ, ਸਾਡਾ ਜਿਹੜਾ ਮਤੀਰੇ ਬਨਾਨੀ ਹੁੰਦੀਆਂ ਸੀਗੀਆਂ, ਖੱਖੜੀਆਂ, ਟਿੰਡੋ ਅਤੇ ਮਤੀਰਾ। ਖਰਬੂਜਾ ਨਹੀਂ ਬਨਾਨੀ ਹੁੰਦਾ ਸੀ, ਉਹ ਪਾਣੀ ਨਾਲ ਹੁੰਦਾ ਸੀ। ਅਤੇ ਪਿੰਡ 'ਚ ਤੁਹਾਡਾ ਘਰ ਕਿੱਥੇ ਸੀ? ਸਾਡਾ ਘਰ ਲਹਿੰਦੀ ਸਾਈਡ। ਲਹਿੰਦੇ ਪਾਸੇ? ਹਾਂ। ਕੋਈ ਜਗ੍ਹਾ ਜਾਂ ਮਸ਼ਹੂਰ ਛੱਪੜ ਜਾਂ ਖੂਹ? ਨਹੀਂ, ਕੋਈ ਨਹੀਂ।
ਕਿਹਨਾਂ ਦੇ ਘਰਾਂ ਕੋਲ ਸੀ ਸਿੱਖਾਂ 'ਚੋਂ? ਸਿੱਖਾਂ ਦਾ ਘਰ ਤਾਂ ਮੇਰਾ ਮਤਲਬ ਇੰਨਾ ਦੂਰ ਸੀਗਾ ਜਿਵੇਂ ਇੱਥੋਂ ਅੱਡਾ। ਅੱਛਾ ਜੀ, ਦੂਰ ਸੀ ਉਹਨਾਂ ਦੇ? ਹਾਂ, ਗੁਆਰ ਪਿੰਡ ਕਿਹੜਾ ਛੋਟਾ ਸੀ, ਬਾਬਾ ਵੱਡਾ ਪਿੰਡ ਸੀ, ਪਿੰਡ ਸੀ ਦੋ ਤਿੰਨ ਮਰਬਿਆਂ 'ਚੋਂ, ਉੱਥੋਂ ਚੂੜੇ ਸੀ ਮੁਸਲਮਾਨ ਇੰਨੀ। ਅੱਛਾ ਬਾਬਾ ਜੀ, ਸਾਨੂੰ ਇਹ ਦੱਸਿਓ ਕਿ ਜਦੋਂ 1947 ਦੇ ਅਜਾੜੇ ਪਏ ਨੇ, ਹਾਂਜੀ, ਉਦੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਅਸੀਂ ਪਿੰਡ 'ਚੋਂ ਜਾਣਾ? ਉਹ ਰੌਲਾ ਪਿਆ ਬਸ ਮੋਗੇ ਸ਼ੇਖ ਮਾਰਤਾ ਤੇ ਸਿੱਖ ਬਰਛੇ ਕੁਹਾੜੀਆਂ ਲਈ ਫਿਰਦੇ ਸੀ। ਅੱਛਾ ਅੱਛਾ, ਤੁਹਾਨੂੰ ਵੀ ਕਿਤੇ ਪਿੰਡ 'ਚ ਉਹਨਾਂ ਨੇ ਕੁਛ ਕਿਹਾ? ਨਹੀਂ, ਸਾਨੂੰ ਨਹੀਂ ਕਿਸੇ ਨੇ ਕੋਈ ਕੁਛ ਕਿਹਾ। ਸਾਨੂੰ ਤਲਵੰਡੀਆਂ ਜਿਹੜੀਆਂ ਸੀ ਨਾ, ਲਹਿੰਦੇ ਚਾੜੀ ਦੀਆਂ, ਇਦੋਂ 8 ਦਿਨ ਮਗਰੋਂ ਈਦ, ਅੱਜ ਕਿਹੜੇ ਰੋਜ਼ ਅਸੀਂ ਘਰੋਂ ਨਿਕਲੇ ਹਾਂ ਅਤੇ ਸਵੇਰ ਨੂੰ ਈਦ ਹੋ ਗਈ, ਈਦ ਕਿਹਨੇ ਕਰਨੀ ਸੀ? ਅਤੇ ਇਦੋਂ 8 ਦਿਨ ਮਗਰੋਂ ਸਾਨੂੰ ਘੇਰਾ ਪਿਆ ਮੱਖੂ ਨਾ ਤਲਵੰਡੀਆਂ, ਫਿਰ ਇੱਕ ਸਾਨੂੰ ਮੱਖੂ ਘੇਰਾ ਪਿਆ ਜਿਹੜੀ ਪੜੋਸ ਪਰੋਂ ਜਲੰਧਰ ਨੂੰ। ਉਹ ਗੱਲ ਅਸੀਂ ਤੁਹਾਡੇ ਨਾਲ ਕਰਾਂਗੇ। ਹਾਂ, ਜਦੋਂ ਤੁਸੀਂ ਪਿੰਡ 'ਚ ਹੀ ਰੌਲਾ ਪੈ ਗਿਆ ਵੀ ਤੁਸੀਂ ਜਾਣਾ, ਪਿੰਡ 'ਚ ਰੌਲਾ ਨਹੀਂ ਪਿਆ, ਫਿਰ ਤੁਸੀਂ ਪਿੰਡ 'ਚ ਉੱਠੇ ਕਿਵੇਂ? ਪਿੰਡ 'ਚੋਂ ਪਾਸਿਆਂ ਵਾਲੀਆਂ ਸੁਣ ਕੇ। ਅੱਛਾ, ਸੁਣ ਕੇ ਉੱਠ ਗਏ? ਜਦੋਂ ਸਾਡੇ ਪਿੰਡ ਦਾ ਦੀਨਾ ਮਾਰਿਆ ਨਾ, ਦੀ ਧੀ ਨੂੰ ਈ ਦੇਣ ਆਉਂਦਾ ਸੀ। ਦੀਨਾ ਮਾਰਿਆ ਕਿਹਨੇ ਸੀ? ਉਹ ਸੂਦਾ ਨੇ। ਸੂਦਾ ਨੇ? ਹਾਂ, ਉਹ ਪਿੰਡ 'ਚ ਹੀ ਰਹਿੰਦੇ ਸੀ? ਉਹ ਪਿੰਡ ਦੇ ਸੀ ਨਾ, ਅਤੇ ਚੱਲਿਆ ਸੀਗਾ ਸਿੱਖ ਲੈਣ ਜਿਹੜਾ ਜੱਸਾ ਫਿਰਦਾ ਸੀ। ਅੱਛਾ ਅੱਛਾ, ਉਦੋਂ ਨੂੰ ਜਦੋਂ ਨੂੰ ਜੱਸਾ ਆਇਆ ਉਦੋਂ ਨੂੰ ਪਿੰਡ ਨਿਕਲ ਗਿਆ। ਅੱਛਾ, ਤੁਹਾਨੂੰ ਮਾਰਨ ਜਦੋਂ ਆਏ ਤੁਸੀਂ ਨਿਕਲੇ? ਹਾਂ, ਅਤੇ ਦੀਨਾ ਜਿਹੜਾ ਮਾਰਿਆ ਸੀ ਉਹਨੇ ਇਸ ਗੱਲੋਂ ਮਾਰਿਆ ਵੀ ਇਹ ਲਾਮੂ ਆਇਆ ਅਤੇ ਪਿੰਡ ਕਈ ਵਾਰ ਨਾ ਦੱਸੇ ਵੀ ਇਹ ਪਿੰਡ 'ਚ ਜਾ ਕੇ ਰੌਲਾ ਨਾ ਪਾ ਦੇ ਵੀ ਆਪਾਂ ਚਲੋ ਚੱਲੀਏ। ਹੋਰ ਪਿੰਡ ਵਾਲਿਆਂ ਨੇ ਤਾਂ ਤੁਹਾਨੂੰ ਕੁਛ ਨਹੀਂ ਕਿਹਾ? ਨਹੀਂ, ਪਿੰਡ ਵਾਲੇ ਸਿੱਖਾਂ ਕੁਛ ਨਹੀਂ ਕਿਹਾ, ਅਸੀਂ ਤਾਂ ਸੌ ਕਰਾਰਿਆਂ ਦੀ ਗਲੀ 'ਚੋਂ ਲੋਕ ਗਏ ਹਾਂ। ਅੱਛਾ ਅੱਛਾ, ਅਤੇ ਜਦੋਂ ਸਿੱਖ ਮਸੀਹ ਦੀ ਗੁੱਟ 'ਤੇ ਆਏ ਹੈ ਨਾ, ਅਤੇ ਉਦੋਂ ਉਹਨਾਂ ਨੇ ਨਾਰਾ ਮਾਰਿਆ ਆਪਦਾ, ਅਤੇ ਉਹ ਇੱਕ ਨਿਕਲਿਆ ਕਰਾਰ ਬਾਹਰ, ਉਹਨੇ ਕਿਹਾ ਜੀ ਮੁਸਲਮਾਨ ਇਹ ਜਿਹੜਾ ਗੁਆਰ ਨੇ ਵੇਲਾ ਸਭ ਗਏ, ਸਭ ਚਲੇ ਗਏ। ਉਦੋਂ ਤੁਸੀਂ ਉਹਨਾਂ ਦੇ ਘਰ ਸੀ? ਉਦੋਂ ਅਸੀਂ ਉਹਨਾਂ ਦੇ ਘਰ। ਉਹ ਕੌਣ ਸੀ ਬੰਦੇ ਦਾ ਨਾਂ ਯਾਦ? ਨਹੀਂ, ਉਹਦਾ ਨਾਂ ਨਹੀਂ ਯਾਦ। ਰਲਾ ਸੀ, ਦੁਕਾਨਦਾਰ ਰਲਾ ਸੀ, ਦੁਕਾਨਦਾਰ ਸੀ ਉਹਨੇ ਕਿਹਾ? ਹਾਂ, ਉਹਨੇ ਲਕੋ ਲਿਆ ਸੀ ਤੁਹਾਨੂੰ? ਹਾਂ, ਸਹੀ। ਫਿਰ ਉੱਥੋਂ ਤੁਸੀਂ ਕਿਵੇਂ ਨਿਕਲੇ, ਕਿੱਧਰ ਗਏ? ਉੱਥੋਂ ਅਸੀਂ ਤਲਵੰਡੀਆਂ ਨੂੰ ਗਏ, ਲਹਿੰਦੀਆਂ ਚੜ੍ਹਦੀਆਂ ਬਾਈ। ਫਿਰ ਉੱਥੇ ਫਿਰ ਘੇਰਾ ਪੈ ਗਿਆ, ਉੱਥੇ ਮੇਰਾ ਮਾਂ ਪਿਓ ਭੈਣ ਭਰਾ ਹਰ ਸ਼ਾਇ ਉੱਥੇ ਸ਼ਹੀਦ ਹੋ ਗਏ। ਅੱਛਾ, ਤੁਹਾਡਾ ਟੱਬਰ ਸਾਰਾ ਉੱਥੇ ਵੱਢਿਆ ਗਿਆ? ਸਭ ਉੱਥੇ ਵੱਢਿਆ ਗਿਆ। ਦਾਦੇ ਦੀ ਲਾਸ਼ ਵੇਖੀ ਆ, ਛੋਟੇ ਭਰਾ ਦੀ ਲਾਸ਼ ਵੇਖੀ ਆ ਤੁਸੀਂ? ਹਾਂ, ਫਿਰ ਅਸੀਂ ਬਾਹਰ ਨਿਕਲੇ। ਉਦੋਂ ਜਦੋਂ ਇਹ ਜਾੜਾ ਉੱਥੇ ਤੁਸੀਂ ਵੱਢੇ ਗਏ ਨੇ, ਉਦੋਂ ਤੁਹਾਡੇ ਕਿਹੜੇ ਕਿੰਨੇ ਬੰਦੇ ਵੱਢੇ ਗਏ ਤੁਹਾਡੇ ਘਰ ਦੇ? ਸਾਡੇ ਘਰ ਦੇ ਮੇਰੇ ਦਾਦੇ ਹੋਣੀ ਤਿੰਨ 12 ਭਰਾ ਸੀ, ਮੇਰਾ ਦਾਦਾ ਅਤੇ 22 ਜੀ ਸੀ, ਸਾਰੇ ਵੱਢੇ ਗਏ। ਅਤੇ ਕਿ ਤੁਸੀਂ ਬਚੇ ਹੋ? ਮੈਂ ਇਕੱਲਾ। ਤੁਸੀਂ ਕਿਵੇਂ ਬਚੇ? ਬਸ ਰਾਲਾ ਰੱਖਣ ਵਾਲਾ, ਰੱਬ ਰੱਖਣ ਵਾਲਾ, ਆਹ ਜੀ ਨੂੰ ਰੱਖੇ। ਫਿਰ ਉੱਥੋਂ ਤੁਸੀਂ ਕਿਵੇਂ ਕਿੱਧਰ ਗਏ ਇਕੱਲੇ? ਅਸੀਂ ਫਿਰ ਉੱਥੋਂ ਇੱਕ ਮੁੰਡਾ ਜਿਹੜੇ ਹਾਸੇ 'ਚ ਅਸੀਂ ਬੈਠੇ ਸੀ ਨਾ, ਉਹ ਮੁੰਡਾ ਉਦੋਂ ਇੰਨਾ ਛੋਟਾ ਆਖੋਂ ਸੀ, ਮੈਂ ਛੋਟਾ ਸੀ, ਇੱਕ ਉਹਦਾ ਭਰਾ ਕੋਚਰ ਚੱਕਿਆ ਸੀ, ਉਹ ਮੁਸਲਮਾਨ ਸਨ। ਹਾਂ, ਉਹ ਜਿਹੜੇ ਹਾਸੇ 'ਚ ਅਸੀਂ ਜਾ ਕੇ ਬੈਠੇ ਸੀ, ਜਿਵੇਂ ਇੱਥੇ ਆ ਕੇ ਬਹਿ ਜਾਈਏ, ਅਤੇ ਅਸੀਂ ਫਿਰ ਨਾ ਇੱਧਰ ਜਿਹੜੇ ਮੁਸਲਮਾਨਾਂ ਦੇ ਪਿੰਡ ਸੀ ਉੱਧਰ ਚਲੇ ਗਏ, ਅਤੇ ਉਹਨਾਂ ਨੇ ਆਖਿਆ ਵੀ ਮੈਂ ਤਿੰਨੇ ਜਣੇ। ਹਾਂ, ਤੁਸੀਂ ਤਿੰਨੇ ਜਣੇ ਸੀ? ਤਿੰਨੇ ਜਣੇ, ਕੁਛ ਹੋਰ ਕੋਚਰ ਚੱਕਿਆ ਸੀ ਅਤੇ ਦੋ ਸੀ। ਉਹ ਮੁੰਡਾ ਕੌਣ ਸੀ? ਉਹ ਜਾਈਆਂ ਦਾ ਸੀ। ਉਹ ਕਿੱਥੇ ਰਹਿੰਦੇ ਨੇ? ਅੱਲਾ ਜਾਣੇ, ਮੈਨੂੰ ਨਹੀਂ ਫੇਰ ਨਹੀਂ ਲੱਗ। ਨਹੀਂ, ਫੇਰ ਨਹੀਂ ਕਰ। ਉਹ ਸਾਡੇ ਪਿੰਡ ਦੇ ਲਾਈਨ 'ਤੇ ਖੜ੍ਹੇ ਸੀਗੇ, ਮੈਂ ਉਹਨਾਂ ਵੱਲ ਹੀ ਹੋ ਗਿਆ ਸੀ, ਉਹ ਗਾਂਹ ਤੁਰ ਗਿਆ। ਉਹ ਗਾਂਹ ਤੁਰ ਗਿਆ? ਹਾਂ। ਫਿਰ ਤੂੰ ਇਕੱਲਾ ਹੀ ਆਇਆ ਇੱਥੇ? ਹਾਂ। ਬਾਬਾ ਜੀ, ਜਿਹੜੇ ਤੁਹਾਡੇ ਜੀ ਵੱਢੇ ਗਏ ਨੇ, ਇਹ ਕਿਹੜੀ ਜਗ੍ਹਾ ਸੀ? ਉਹ ਤਲਵੰਡੀ ਲਹਿੰਦੀਆਂ ਚੜ੍ਹਦੀਆਂ, ਲਹਿੰਦੀਆਂ ਚੜ੍ਹਦੀਆਂ ਚਲਵਾਉਣ, ਉੱਥੇ ਹਮਲਾ ਹੋਇਆ? ਹਾਂ। ਹੋਰ ਉੱਥੇ ਕਿੰਨੇ ਕੁ ਮੁਸਲਮਾਨ ਮਾਰੇ? ਉੱਥੇ ਤਾਂ ਕਾਫੀ ਮਰੇ, ਉੱਥੇ ਤਾਂ ਘਰਾਂ ਦੇ ਘਰ ਖਪ ਗਏ। ਇੰਨੇ ਲਾਸ਼ਾਂ ਵੇਖੀਆਂ ਤੁਸੀਂ? ਲਾਸ਼ਾਂ ਤਾਂ ਨਹੀਂ ਵੇਖੀਆਂ, ਬਾਕੀ 20-20 ਕੁਆਂ 'ਚੋਂ ਆ ਕੇ ਉੱਥੇ ਬੰਦੇ ਇਕੱਠੇ ਮੁਸਲਮਾਨ ਹੁੰਦੇ ਰਹੇ। ਹੁਣ ਮੈਨੂੰ ਸਾਨੂੰ ਇਹ ਦੱਸਿਓ, ਜਦੋਂ ਤੁਹਾਡੇ ਘਰ ਦੇ ਬੰਦੇ ਸਾਰੇ ਵੜਤੇ, ਫਿਰ ਤੁਸੀਂ ਕਿਵੇਂ ਬਚੇ ਗਏ ਸੀ ਉੱਥੋਂ? ਯਾਰ, ਹੁਣ ਤੁਹਾਨੂੰ ਮੈਂ ਕੀ ਦੱਸਾਂ, ਆਹ ਹੱਥ ਆ ਜਿਹੜੇ ਹੱਥ 'ਚ ਅਸੀਂ ਸੀ, ਲੋਕ ਗਏ ਤੁਸੀਂ ਇਸ ਹੱਥ 'ਚ, ਅਸੀਂ ਨਾ ਜਾ ਕੇ ਬੈਠੇ, ਸੁਬਹਾ ਦੀਆਂ ਰੋਟੀਆਂ ਖਾਂਦੇ, 8 ਵਜੇ ਘੇਰਾ ਪਿਆ ਸਾਨੂੰ, ਸੁਬਹਾ 8 ਵਜੇ ਤਲਵੰਡੀਆਂ। ਆਹ ਜਿਵੇਂ ਕੰਧ ਹੈ ਇਹ, ਵਾਹਵਾ ਐਡੀ ਐਡੀ ਸੀ, ਇਹ ਅਸੀਂ ਇਸ ਹੱਥ 'ਚ ਟੱਪ ਗਏ ਦੂਏ 'ਚ, ਉੱਥੇ ਲੱਗੀ ਸੀ ਪੌੜੀ, ਅਗਲੇ ਪਾਸੇ ਵੀ ਪੌੜੀ ਲੱਗੀ ਸੀ, ਅਸੀਂ ਉਸ ਅੰਦਰ ਲੁੱਕ ਗਏ। ਅੱਛਾ, ਬਹੁਤ ਉੱਥੇ ਲੁਕੇ ਰਹੇ ਹਾਂ, ਜਦੋਂ ਚੰਦ ਲੈਣ 'ਤੇ ਗਿਆ ਨਾ, ਉਹਦੇ ਚੰਦ ਨੂੰ 8ਵੀਂ ਸੀ, ਉਦੋਂ ਅਸੀਂ ਬਾਹਰ ਨਿਕਲੇ।
ਤੀ ਜਿਹੜੇ ਤੁਹਾਡੇ ਵੱਡੇ ਗਏ ਤੁਹਾਡੇ ਅੱਬਾ ਜੀ ਵੀ? ਹਾਂ ਸਾਰੇ ਉੱਥੇ ਇੱਕੇ ਹਾਦਸੇ 'ਚ, ਉਸੇ ਹਾਦਸੇ 'ਚ ਵੱਡੇ ਗਏ? ਹਾਂ ਤੁਹਾਡੇ, ਤੁਸੀਂ ਉਦੋਂ ਵੇਖਣ ਲੱਗ ਰਹੇ ਸੀ, ਤੁਸੀਂ ਦੂਸਰੇ ਹਾਦਸੇ? ਅਸੀਂ ਦੂਸਰੇ ਸੀ। ਅੱਛਾ ਅੱਛਾ, ਤੁਸੀਂ ਦੂਸਰੇ। ਅਤੇ ਮੈਂ ਵੇਖੀ ਆਪਦੇ ਦਾਦੇ ਦੀ ਲਾਸ਼, ਅਤੇ ਜਿਹੜਾ ਸਾਥੋਂ ਛੋਟਾ ਭਰਾ ਸੀ ਉਹਦੀ, ਉਹਦੀ ਲਾਸ਼। ਹਾਂ ਦੋ ਵੇਖੀਆਂ। ਕਿੰਨੇ ਭਾਈ ਸੀ ਤੁਸੀਂ? ਤਿੰਨ। ਕਿੰਨੇ, ਇੱਕ ਵੀ ਬੱਚਾ? ਮੈਂ ਇਕੱਲਾ ਬੱਚਾ, ਮੇਰੇ ਛੋਟੇ ਸੀ। ਹੁਣ ਤੇਰਾ ਇੱਥੇ ਫਿਰ ਹੋਰ ਕੋਈ ਸ਼ਰੀਕੇ ਜੋ ਤੁਹਾਡੇ? ਮੇਰਾ ਸ਼ਰੀਕਾ ਕੋਈ ਨਹੀਂ, ਇਕੱਲਾ ਹੀ ਹੈ। ਇਕੱਲਾ ਦਮ ਦਾ ਦਮ ਹੈ, ਇੱਥੇ ਰਿਸ਼ਤੇਦਾਰ ਹੈ। ਤੁਹਾਡੀਆਂ ਬਹੁਤ ਕੁਰਬਾਨੀਆਂ ਇਸ ਮੁਲਕ ਵਾਸਤੇ। ਹਾਂ ਤੁਸੀਂ ਬੜਾ ਆਪਣਾ ਕੁਛ ਗਵਾਇਆ। ਸਾਡੀ ਆਉਣ ਵਾਲੀ ਨਸਲ ਨੂੰ ਵੀ ਇਹ ਮੈਸੇਜ ਹੈ ਕਿ ਜਿਹੜਾ ਮੁਲਕ ਅਸੀਂ ਬਹੁਤ ਕੁਰਬਾਨੀਆਂ ਦੇ ਕੇ ਹਾਸਲ ਕੀਤਾ। ਹਾਂ ਫਿਰ ਤੁਸੀਂ ਉੱਥੋਂ ਕਿੱਧਰ ਗਏ? ਅਸੀਂ ਉੱਥੋਂ ਫਿਰ ਸਾਡੇ ਨਾਲ ਮਿਲਟਰੀ ਲੱਗ ਮਖੂ ਜਦੋਂ ਘੇਰਿਆ ਪਿਆ, ਫਿਰ ਅਸੀਂ ਹੈ ਟੱਪਿਆ ਗਾਂਡਾ ਸਿੰਘ ਵਾਲਾ। ਅੱਛਾ ਅੱਛਾ। ਆਹ ਫਿਰੋਜ਼ਪੁਰ ਕੋਲ ਜਿਹੜਾ, ਫਿਰ ਕਸੂਰ ਆ ਗਏ। ਕਸੂਰ ਵੀ ਬਿਮਾਰੀ ਪੈ ਗਈ ਆਹ ਡਾਲ ਦੀ। ਅੱਛਾ ਉੱਥੋਂ ਫਿਰ ਅਸੀਂ ਜਿਉਂ ਉਦੋਂ ਤੁਸੀਂ ਫਿਰ ਕਸੂਰ ਤੁਸੀਂ ਆਪਦੇ ਪਿੰਡ ਦੇ ਬੰਦਿਆਂ ਨਾਲ ਹੀ ਰਹੇ? ਆਹੋ ਸੀਗੇ ਸਾਡੇ ਆਪਦੇ। ਅੱਛਾ ਅੱਛਾ। ਉਹ ਟੱਕਰ ਗਏ ਸੀ ਨਾ ਰਾਹ 'ਚ। ਅੱਛਾ ਅੱਛਾ, ਮਿਲ ਗਏ ਸੀ ਤੁਹਾਨੂੰ? ਹਾਂ ਪਿੰਡ ਦੇ ਬੰਦੇ ਸੀ ਰਾਹੀਂ। ਅੱਛਾ ਉੱਥੋਂ ਜਿਉਂ ਚੜ੍ਹੇ ਅਤੇ ਪੱਥੋ ਆ ਗਏ। ਅੱਛਾ ਪੱਥੋ ਤੋਂ ਫਿਰ ਸਾਹੀਵਾਲ ਵੀ ਰਹੇ ਥੋੜ੍ਹਾ ਜਿਹਾ ਚਿਹਰਾ। ਸਾਹੀਵਾਲੋਂ ਫਿਰ ਅਸੀਂ ਨਾ ਚੀਚਾ ਉੱਥੇ ਰਹੇ 10-12 ਦਿਨ। ਫਿਰ ਇੱਥੇ ਆ ਗਏ। ਹਾਂ ਫਿਰ ਅਸੀਂ ਉਹ 95-15 'ਚ ਉੱਥੇ ਸੀ।